ਹਲ ਬਨੋਲਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ। ਦੱਸ ਦਈਏ ਕਿ ਟਰਾਂਸਫਾਰਮਰ ਦੇ ਵਿੱਚੋਂ ਨਿਕਲੀ ਚੰਗਿਆੜੀ ਨੇ ਸਾਰੀ ਹੀ ਫੈਕਟਰੀ ਨੂੰ ਸਾੜ ਕੇ ਰਾਖ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਇਸ ਫੈਕਟਰੀ ਦੇ ਵਿੱਚ ਖਲ ਅਤੇ ਬਨੋਲਾ ਬਣਦਾ ਸੀ, ਆਇਲ ਫੈਕਟਰੀ ਹੈ ਇਹ, ਅਤੇ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਨਾਲ ਹੀ ਫੈਕਟਰੀ ਦੇ ਇੱਕ ਟਰਾਂਸਫਾਰਮਰ ਸੀ ਅਤੇ ਟਰਾਂਸਫਾਰਮਰ ਦੇ ਨੇੜੇ ਹੀ ਬਨੋਲੇ ਦੀਆਂ ਕਰੀਬ 1500 ਬੋਰੀਆਂ ਪਈਆਂ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅੱਗ ਲੱਗਦੀ ਹੈ ਅਤੇ ਅੱਗ ਲੱਗਣ ਦੇ ਕਾਰਨ ਹੀ ਕਿਹਾ ਜਾ ਰਿਹਾ ਕਿ ਸਾਰੀ ਫੈਕਟਰੀ ਸੜ ਕੇ ਸਵਾਹ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਵਾਲ ਬਚਿਆ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਆਇਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਟਰਾਂਸਫਾਰਮਰ ਦੇ ਵਿੱਚੋਂ ਨਿਕਲੀ ਚੰਗਿਆੜੀ ਨੇ ਫੈਕਟਰੀ ਮਾਲਕ ਦਾ ਵੱਡਾ ਨੁਕਸਾਨ ਕੀਤਾ ਅਤੇ ਸਾਰੀ ਹੀ ਖਲ ਤੇ ਬਨੋਲੇ ਦੀਆਂ ਬੋਰੀਆਂ ਸੜ ਕੇ ਸਵਾਹ ਹੋ ਗਈਆਂ ਨੇ। ਹਾਲਾਂਕਿ ਇਸ ਦੌਰਾਨ ਅੱਗ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਅੱਗ ਦੀਆਂ ਲਾਟਾਂ ਨੇ ਉਹ ਆਸਮਾਨ ਛੂ ਰਹੀਆਂ ਨੇ, ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਅੰਦਰ ਮਸ਼ੀਨਰੀ ਸੀ ਉਸ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਇਸ ਅੱਗ ਨੇ, ਅਤੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਖਲ ਬਨੋਲਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ, ਜਿਸ ਦੇ ਕਾਰਨ ਮਾਲਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਬਸ ਕੋਈ ਬਾਹਰੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਚਿੰਗਾਰੀ ਉੱਡ ਕੇ ਲੱਗੀ ਆ। ਕਿੰਨੇ ਕੁ ਵਜੇ ਦਾ ਇਹ ਹਾਦਸਾ? ਇਹ ਅੰਦਾਜ਼ਾ ਸਵੇਰੇ 3 ਕੁ ਵਜੇ ਦੇ ਕਰੀਬ। ਕਿਵੇਂ ਪਤਾ ਕਿਵੇਂ ਲੱਗਿਆ? ਪਤਾ ਲਾਟਾਂ ਨਿਕਲੀਆਂ ਸਾਨੂੰ ਘਰੇ ਆ ਕੇ ਕਿਸੇ ਨੇ ਦੱਸਿਆ ਗਲੀ ਦੇ ਵਿੱਚੋਂ। ਹਾਂਜੀ, ਰਾਤ ਨੂੰ 3 ਵਜੇ, ਅੱਜ ਸਵੇਰੇ 3 ਵਜੇ। ਨੁਕਸਾਨ ਕਿੰਨਾ? ਨੁਕਸਾਨ ਤਾਂ ਹੁਣ ਸਵੇਰੇ ਵੇਖਾਂਗੇ ਜੀ, ਲਾਈਟ ਹਨੇਰੇ ਵਿੱਚ ਇਸ ਵੇਲੇ ਕੁਛ ਨਹੀਂ ਪਤਾ ਲੱਗਦਾ। ਕਿੰਨੇ ਕੁ ਭਿਆਨਕ ਸੀ ਅੱਗ? ਬਹੁਤ ਭਿਆਨਕ ਸੀ, ਬਾਕੀ ਨੁਕਸਾਨ ਦਾ ਸਵੇਰੇ ਪਤਾ ਲੱਗੇ। ਕੁਛ ਨਹੀਂ ਇਸ ਵੇਲੇ ਪਤਾ ਲੱਗ ਸਕਦਾ ਸਾਨੂੰ, ਅੰਦਰ ਪਤਾ ਹੀ ਨਹੀਂ ਕਿੰਨਾ ਦਾ ਨੁਕਸਾਨ ਹੈ। ਸਾਰਾ ਹੀ ਸੜ ਗਿਆ? ਮਤਲਬ ਬਹੁਤ ਸੜ ਗਿਆ, ਬਹੁਤ ਮਾਲ। ਖਲ ਬਨੋਲਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ। ਦੱਸ ਦਈਏ ਕਿ ਟਰਾਂਸਫਾਰਮਰ ਦੇ ਵਿੱਚੋਂ ਨਿਕਲੀ ਚੰਗਿਆੜੀ ਨੇ ਸਾਰੀ ਹੀ ਫੈਕਟਰੀ ਨੂੰ ਸਾੜ ਕੇ ਰਾਖ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਇਸ ਫੈਕਟਰੀ ਦੇ ਵਿੱਚ ਖਲ ਅਤੇ ਬਨੋਲਾ ਬਣਦਾ ਸੀ, ਆਇਲ ਫੈਕਟਰੀ ਹੈ ਇਹ, ਅਤੇ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਨਾਲ ਹੀ ਫੈਕਟਰੀ ਦੇ ਇੱਕ ਟਰਾਂਸਫਾਰਮਰ ਸੀ ਅਤੇ ਟਰਾਂਸਫਾਰਮਰ ਦੇ ਨੇੜੇ ਹੀ ਬਨੋਲੇ ਦੀਆਂ ਕਰੀਬ 1500 ਬੋਰੀਆਂ ਪਈਆਂ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅੱਗ ਲੱਗਦੀ ਹੈ, ਅਤੇ ਅੱਗ ਲੱਗਣ ਦੇ ਕਾਰਨ ਹੀ ਕਿਹਾ ਜਾ ਰਿਹਾ ਕਿ ਸਾਰੀ ਫੈਕਟਰੀ ਸੜ ਕੇ ਸਵਾਹ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਵਾਲ ਬਚਿਆ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਆਇਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਟਰਾਂਸਫਾਰਮਰ ਦੇ ਵਿੱਚੋਂ ਨਿਕਲੀ ਚੰਗਿਆੜੀ ਨੇ ਫੈਕਟਰੀ ਮਾਲਕ ਦਾ ਵੱਡਾ ਨੁਕਸਾਨ ਕੀਤਾ ਅਤੇ ਸਾਰੀ ਹੀ ਖਲ ਤੇ ਬਨੋਲੇ ਦੀਆਂ ਬੋਰੀਆਂ ਸੜ ਕੇ ਸਵਾਹ ਹੋ ਗਈਆਂ ਨੇ। ਹਾਲਾਂਕਿ ਇਸ ਦੌਰਾਨ ਅੱਗ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਅੱਗ ਦੀਆਂ ਲਾਟਾਂ ਨੇ ਉਹ ਆਸਮਾਨ ਛੂ ਰਹੀਆਂ ਨੇ, ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਅੰਦਰ ਮਸ਼ੀਨਰੀ ਸੀ ਉਸ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਇਸ ਅੱਗ ਨੇ, ਅਤੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਖਲ ਬਨੋਲਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ, ਜਿਸ ਦੇ ਕਾਰਨ ਮਾਲਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਬਸ ਕੋਈ ਬਾਹਰੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਚਿੰਗਾਰੀ ਉੱਡ ਕੇ ਲੱਗੀ ਆ। ਕਿੰਨੇ ਕੁ ਵਜੇ ਦਾ ਇਹ ਹਾਦਸਾ? ਇਹ ਅੰਦਾਜ਼ਾ ਸਵੇਰੇ 3 ਕੁ ਵਜੇ ਦੇ ਕਰੀਬ। ਪਤਾ ਲਾਟਾਂ ਨਿਕਲੀਆਂ ਸਾਨੂੰ ਘਰੇ ਆ ਕੇ ਕਿਸੇ ਨੇ ਦੱਸਿਆ ਗਲੀ ਦੇ ਵਿੱਚੋਂ। ਹਾਂਜੀ, ਰਾਤ ਨੂੰ 3 ਵਜੇ, ਅੱਜ ਸਵੇਰੇ 3 ਵਜੇ। ਨੁਕਸਾਨ ਕਿੰਨਾ? ਨੁਕਸਾਨ ਤਾਂ ਹੁਣ ਸਵੇਰੇ ਵੇਖਾਂਗੇ ਜੀ, ਲਾਈਟ ਹਨੇਰੇ ਵਿੱਚ ਇਸ ਵੇਲੇ ਕੁਛ ਨਹੀਂ ਪਤਾ ਲੱਗਦਾ। ਕਿੰਨੇ ਕੁ ਭਿਆਨਕ ਸੀ ਅੱਗ? ਬਹੁਤ ਭਿਆਨਕ ਸੀ, ਬਾਕੀ ਨੁਕਸਾਨ ਦਾ ਸਵੇਰੇ ਪਤਾ ਲੱਗੇ।
ਕੁਛ ਨਹੀਂ ਇਸ ਵੇਲੇ ਪਤਾ ਲੱਗ ਸਕਦਾ ਸਾਨੂੰ, ਅੰਦਰ ਪਤਾ ਹੀ ਨਹੀਂ ਕਿੰਨਾ ਦਾ ਨੁਕਸਾਨ ਹੈ, ਸਾਰਾ ਹੀ ਸੜ ਗਿਆ, ਮਤਲਬ ਬਹੁਤ ਸੜ ਗਿਆ, ਬਹੁਤ ਮਾਲ।